ترد فکول پرکی بانی مجلس بیمونداز انہوں دے بزرگ انہوں دے خاندان دے عزیز بزرگ اس علاقے دے سادات و زام ملت دے شہدا لاوار سزادار توالے سالے مرحومین مومن مومنات تد اچھی میں امام فرمیندہ کرتو کہ مستے دعا منگ سے موت حق کے تیرے واسطے کوئی دعا منگ سی مل کے ایک مشترکہ فاتحہ بسم اللہ الرحمن الرحیم مالک یوم الدین صلاۃ المستقیم غیر المغضوب علیہم ولا الضالین لم یلد ولم یولد ولم یکن لہ بسم اللہ الرحمن الرحیم بسم اللہ الرحمن الرحیم اللہم صلی علی محمد تھوڑے تھوڑے نال تھی ہو ایک ہی فوٹ گیا ونو پیچھے آزادار تنگ بیٹھ بڑی مہربانی با جماعت نماز پڑھو تو پہلی صف والے کو نماز دا ثواب زیادہ ہے ذکر ہوندا ہے جے نماز واسطے جے دین واسطے سب کچھ قربان کیتے ہیں تھوڑا ساؤنڈ ٹھیک کریں یار وہ دور رکھ لی دینی زیدی صاحب صلوات باواز بلند ادھے بندہ صلوات نہیں پڑھی صلوات عظیم عبادت دو چار بھائی میرے دے دینی پہ صلوات دینی نہیں پڑھی نہ کو نار لاؤ چا باواز بلند صلوات شیعہ سنی حضرات سلوات اتنی عظیم عبادت ہے تو اکٹھے خود مالک شریک تھی دے قبلہ زیدی صاحب نواسا بیمارے یا ہور کوئی بیمارے جیت ایک سلوات بیماریں دی شفا وسط سب تو پہلے دعا ہے مالک تو رٹ رویا قبول کریں مالک تو کو کسے دا محتاج نہ کرے بانیان دی پھوڑی بھائی ممتاز دے بھائیاں دی نوکری زاکران دی نوکری سٹے سیکٹری صاحب تساں آزادار آزاداری چ ہن دے حصے جڑا پانی پلاوے جڑے نیوے پہ بول دے حصہ ہی واسطے کوئی مجلس دا رستہ دسے نا بھی مسافر آمے نا بھی مجلس کیڑی جگہ تے جڑے واہ واہ نہیں پہ کر دے حسین و ہستی دا نا ہے جے سکے نانے دا قرضہ نہیں رہا جڑا نبیاں دا قرضہ نہ رکھے او کو حسین نہ دین اے جڑے پچھلے بیٹھے تسیں بولے سو جے توحید دا قرضہ نہیں رکھا جے 1,24,000 نبی دا قرضہ دربار منگن تے پلن دے دو ہیں ایویں سمجھ میں مجلس پاک شروع کر رہی سی بجن دروازے ڈوئن یا اللہ دا توحید دا دروازے یا آل محمد دا دروازے جیڑا بندہ اتنا آ کے بابے منگے کاشے نہیں سرداراں تے گلہ نہیں اتنا وڈا لجبال ہے گھر ساری سوچ مک ویسی ذاکر ہوئن عالم ہوئن مجتہد ہوئن ساڈے منگنی دیرے انہاں دے دیونی دیر نہیں چاچا جتنی دیر تو مجلس وچ باندھ ہے تیری زندگی چ نہیں لکھیندا اے ٹائم حسین دے کھاتے چ ہے مل کے حیدری حسین محسن انسانیت میرے پاس ایک سو تو لفظ نہیں سمجھ آ سکے
ਇਹ ਵੀ ਮੁਕੱਦਰ ਏ ਵੰਡ ਏ ਨਸੀਬ ਏ ਇਲੈਕਸ਼ਨ ਹੁਣ ਗੁਜ਼ਰੇ ਹੈ ਇੱਕ ਗਰੁੱਪ ਜਿੱਤ ਗਏ ਇੱਕ ਹਾਰ ਗਏ ਉਹ ਬੂਹੇ ਨਾਲ ਦਰਵਾਜ਼ੇ ਨਾਲ ਦਰਵਾਜ਼ਾ ਹੋਵੇ ਨਾ ਇੱਕ ਹੋਰ ਗਰੁੱਪ ਵਿੱਚ ਇੱਕ ਹੋਰ ਗਰੁੱਪ ਵਿੱਚ ਨਾਰੇ ਮਾਰ ਮਾਰ ਕੇ ਉਹਨਾਂ ਦੇ ਸਾਰੀ ਰਾਤ ਸਮਝਦੇ ਨਹੀਂ ਜਿੱਤਣ ਵਾਲੇ ਆਵਾਜ਼ ਬਹਿ ਪੈਂਦੇ ਨੇ ਮੈਂ ਜ਼ਿਕਰ ਹੁੰਦਾ ਖੜਾ ਕਰਦਾ ਜੈਂ ਇਹਨਾਂ ਕਬਰ 'ਚ ਨਹੀਂ ਆਉਣਾ ਹੈਂ ਇਹਨਾਂ ਦੇ ਹੱਥ ਬੁੱਧੇ ਹੋ ਸਨ ਕਬਰ ਦਾ ਵਸੀਲਾ ਜ਼ਾਕਿਰ ਮੌਲਵੀ ਨਹੀਂ ਕਬਰ ਦਾ ਵਸੀਲਾ ਪਿਓ ਮਾਂ ਨਹੀਂ ਹਰ ਕਹਿੰਦੀ ਆਪਣੀ ਕਬਰ ਏ ਸੱਦਰ ਵਜ਼ੀਰ ਆਜ਼ਮ ਕਬਰ 'ਚ ਨਹੀਂ ਆਉਣਾ ਜਿਹੜਾ ਬੰਦਾ ਮੁਹੱਬਤ ਰੱਖਦਾ ਮੈਂ ਕੋਈ ਮੁਸੱਲੇ 'ਤੇ ਦੁਆ ਕਰੇ ਸੀ ਚਾਚਾ ਕਬਰ ਦਾ ਵਸੀਲਾ ਹੀ ਕੋ ਅਕਬਰ ਦਾ ਬਾਪ ਮਿਹਰਬਾਨ ਬਸ ਰੋ ਪਏ ਤੋ ਮੈਂ ਸਾਹਿਬ ਸ਼ੁਰੂ ਕਰਾਂ ਵੀ ਹਾਰੇ ਜ਼ਿਲ੍ਹਾ 'ਚ ਪੰਜ ਨਾ ਨੌ ਕੁ ਸ਼ਹਾਦਤ ਚਲੋ ਮੈਂ ਹੀ ਕਵੈਣ ਕਰਦਾ ਜਿਹੜੇ ਬਾਬੇ ਦੇ ਨਾਲ ਮਹਿਮਾਨ ਬਣ ਕੇ ਆਏ ਬਾਬਾ ਮਾਰਾ ਗਈ ਹੈ ਤੁਹਾਡੇ ਬੱਚੇ ਜਾਣਦੇ ਨੂੰ ਮੈਂ ਬੰਦੇ ਤਵੱਜੋ ਨਾ ਕਰੋ ਉਹਨਾਂ ਦਾ ਨਸੀਬ ਮਹਿਮਾਨ ਕੌਣ ਹੈ ਜਨਾਬੇ ਮੁਸਲਿਮ ਅਤੇ ਉਹਦੇ ਸ਼ਹਿਜ਼ਾਦੇ ਵੱਡੇ ਦਾ ਨਾਂ ਉਹਨੇ ਛੋਟੇ ਦਾ ਨਾਂ ਮੁਹੰਮਦ ਵੱਡੇ ਦੀ ਉਮਰ 6 ਸਾਲ ਛੋਟੇ ਦੀ ਉਮਰ ਹੈ 4 ਸਾਲ ਪ੍ਰਦੇਸ਼ ਵਿੱਚ ਬਾਬਾ ਮਾਰਾ ਗਏ ਇਹ ਵੱਡਾ ਮਜ਼ਲੂਮ ਹੈ ਜਨਾਬੇ ਮੁਸਲਿਮ ਸੈਦ ਬੈਠੇ ਹੋ ਯਮਤੀ ਇਹਦਾ ਮੈਂ ਇੱਕ ਲਫ਼ਜ਼ ਆਖਣਾ ਏਡਾ ਵੱਡਾ ਮਜ਼ਲੂਮ ਹੈ ਜਨਾਬੇ ਮੁਸਲਿਮ ਚਾਚਾ ਕੂਫੇ ਦੀ ਕੋਈ ਐਸੀ ਗੱਲੀ ਨਹੀਂ ਜਿੱਥੇ ਲਾਸ਼ ਨਾ ਗਈ ਹੋ ਮਗਰ ਬਾਨੀਆਨ ਇੰਤਜ਼ਾਮ ਕੀਤੇ ਗਰਮੀ ਪੱਖੇ ਚੱਲਦੇ ਪੈਣ ਹਵਾ ਲੱਗਦੀ ਪਈ ਏ ਅੱਲਾ ਕੁਰਾਨ ਵਿੱਚ ਪਿਆ ਦੇ ਯਤੀਮ ਨਾਲ ਮੁਹੱਬਤ ਕਰੋ ਸ਼ੀਆ ਸੁਨੀ ਦੀ ਗੱਲ ਹੀ ਨਹੀਂ ਸ਼ੀਆ ਸ਼ੀਆ ਰਹੇ ਸੁਨੀ ਸੁਨੀ ਰਹੇ ਛੋਟੀ ਔਲਾਦ ਅੱਲਾ ਬਣ ਕੇ ਮਸਾਹਿਬ ਸੁਣ ਮਹੱਲੇਦਾਰ ਹੋਵੇ ਰਿਸ਼ਤੇਦਾਰ ਹੋਵੇ ਵਸੇਬ ਦਾ ਹੋਵੇ ਯਾਰ ਤਾਂ ਯਤੀਮ ਨਾਲ ਮਾਲਕ ਪਿਆ ਦੇ ਮੁਹੱਬਤ ਕਰ ਇਵੇਂ ਨਾ ਅਗਰ ਰੋਵਣ ਵਾਸਤੇ ਹੈ ਤਾਂ ਇਸ ਤੋਂ ਵੱਡਾ ਲਫ਼ਜ਼ ਮਸਾਹਿਬ ਦੀ ਕੋਈ ਨਹੀਂ ਜਿਹੜਾ ਮੁਸਲਮਾਨਾਂ ਪਿਆਰ ਮੁਹੱਬਤ ਕੀਤੀ ਹੈ ਮੁਸਲਮਾਨਾਂ ਇਕੱਠੇ ਨਹੀਂ ਬੁਲਾਇਆ ਅੰਜੋ ਅੰਜੋ ਕੋਠੜੀਆਂ ਈਦ ਦੀ ਰਾਤ ਕੂਫੇ ਦਾ ਕੈਦ ਖਾਨਾ ਵੱਤ ਵੀ ਜਾਂਦਾ ਨਾ ਭੁੱਲਾਂ ਨਾ ਥੱਕਾਂ ਈਦ ਦੀ ਰਾਤ ਕੂਫੇ ਦਾ ਕੈਦ ਖਾਨਾ ਮਸ਼ਕੂਰ ਦਰਗਾਹ ਰਵਾਇਤ ਕਰਦਾ ਹਰ ਕੈਦੀ ਮੁਜਰਿਮ ਕੋ ਮੈਂ ਈਦ ਦੇ ਖਾਣੇ ਦੇ ਕੇ ਘਰ ਵੱਲਾਂ ਮੈਂ ਕੋ ਡੂਬੇ ਜੁਰਮ ਭੁੱਲ ਗਏ ਚਾਚਾ ਮੈਨੂੰ ਦੇਖੋ ਦੁਆ ਮੰਗੀ ਨੇ ਮੈਂ ਮਸਾਹਿਬ ਜਤੀ ਮੈਂ ਦਬੀ ਪੜਦਾ ਮੈਂ ਵਤਨਾ ਵਾਲਾ ਗੁਡੇ ਆਇਆ ਤੁਹਾਡੀ ਸਾਰੀ ਜ਼ਬਾਨ ਇੱਕ ਹੈ ਨਾ ਸਰ ਕੀ ਵਤਨਾ ਵਾਲਾ ਗੁਡੇ ਆਇਆ ਮੈਂ ਕੋ ਡੂਬੇ ਵਤਨ ਭੁੱਲ ਗਏ ਬੜਾ ਦਰਦ ਏ ਬੜੀ ਰੂਹਾਨੀ ਤੇ ਮੈਂ ਡੋ ਦੇਖ ਸਿਆ ਤੇ ਯਾਦ ਹੈ ਉਮਤੀਆਂ ਗੁਡੇ ਆਇਆ ਮੈਂ ਕੋ ਡੂ ਯਤੀਮ ਸੈਦ ਭੁੱਲ ਗਏ ਵਾਰਸਾਲਾ ਗੁਡੇ ਆਇਆ ਮੈਂ ਕੋ ਡੂ ਲਾਵਾਰਿਸ ਭੁੱਲ ਗਏ ਘਰ ਵੱਲੇ ਹੁਣ ਲਵ ਯਾਦ ਹੈ ਨਾ ਰਾਤ ਕਿਹੜੀ ਏ ਹੁਣ ਨਾਲ ਭੁੱਲ ਗਏ ਹੋ ਈਦ ਦੀ ਰਾਤ ਬੜੀ ਮਿਹਰਬਾਨੀ ਇਹ ਬੋਲੇ ਕਰੋ ਬੋਲੇ ਸੋ ਤਾਂ ਅਗਲਾ ਲਫ਼ਜ਼ ਇਹ ਨਹੀਂ ਚਾਹਵੇਂਦੇ ਬੋਲਣ ਇਬਾਦਤ ਵੀ ਹੈ ਸਵਾਬ ਵੀ ਹੈ ਘਰ ਵੱਲੇ ਬਿਸਤਰ 'ਤੇ ਲੇਟੇ ਨੀਂਦਰ ਨਹੀਂ ਜਾਗਦੇ ਇਹਦੇ ਕੰਨਾਂ 'ਤੇ ਆਵਾਜ਼
ਕੰਨਾਂ 'ਤੇ ਆਵਾਜ਼, ਦੁੱਖੀ ਆਵਾਜ਼, ਲਹਿਜਾ ਮਸਤੂਰ ਦੇ, ਗਿੱਲਾ ਇਵੇਂ ਨਹੀਂ ਦੀ ਜਿਵੇਂ ਵਾਕਿਫ ਹੋਵੇ, ਜਿਵੇਂ ਹੋਜੂ ਦਾ ਗਿੱਲਾ ਨਹੀਂ ਦੇ, ਤੇਰੀ ਸੈਣ ਗਿੱਲਾ ਦਿੱਤਾ ਮਸ਼ਕੂਰ, ਸੁਜਾਣ ਕੇ ਭੁੱਲੇ, ਬੜੀ ਮਿਹਰਬਾਨੀ। ਮਸ਼ਕੂਰ ਹੋਵੇ ਜਾਂ ਕੋਈ ਉਮਤੀ ਹੋਵੇ, ਮੁਲਤਾਨ ਦੇ ਆਜ਼ਾਦਾਰ, ਚੁਣੇ ਹੋਏ ਆਜ਼ਾਦਾਰ, ਮਸ਼ਕੂਰ ਹੋਵੇ ਕੋਈ ਉਮਤੀ ਹੋਵੇ, ਉਹ ਮਸਤੂਰ ਕੋ ਨਹੀਂ ਦੇਖ ਸਕਦਾ ਜਿਹਦੇ ਦਰਵਾਜ਼ੇ 'ਤੇ ਸੱਕਾ ਬਾਬਾ ਅਤੇ ਨਬੀਆਂ ਦਾ ਸਰਦਾਰ ਖੜ ਵੈਂਦਾ ਹਾਂ, ਇਜਾਜ਼ਤ ਮੰਗੇ ਹਾਂ, ਆਪਣੀ ਮਰਜ਼ੀ ਨਾਲ ਨਹੀਂ ਅੱਲਾ ਦੇ ਆਰਡਰ ਨਾਲ। ਸੁਣਦਾ ਬੈਠੇ ਮੈਂ ਤਾਂ ਬੱਚੇ ਸਮਝਣ, ਮਸ਼ਕੂਰ ਹੋਵੇ ਕੋਈ ਹੋਵੇ ਨਹੀਂ ਦੇਖ ਸਕਦਾ, ਇਵੇਂ ਨਾ ਉੱਠੇ ਵਿਹੜੇ ਦੀਦ ਮਾਰੀ ਸੋਚਸ, ਕੋਈ ਖਾਬ ਹੈ ਜਾਂ ਕੋਈ ਖਿਆਲ ਹੈ, ਦੁਬਾਰਾ ਬਿਸਤਰ 'ਤੇ ਲੇਟੇ, ਦੂਜੀ ਦਫ਼ਾ ਤੇਰੀ ਸੈਣ ਦੁੱਖਾ ਵੈਣ ਕੀਤੇ, ਦੁੱਖਾ ਵੈਣ ਕਰਕੇ ਦੀ ਮਸ਼ਕੂਰ, ਮੈਂ ਉਮਰ ਦੀ ਖਾਲੀ ਵਲੀ ਹੋਈ ਬੀਬੀ ਆਦੇ, ਮੈਂ ਗੁੰਜਵਾਬ ਦੇ ਮੇਰਾ ਪਾਸਾ ਜ਼ਖਮੀ, ਬੀਬੀ ਆਦੇ ਮੈਂ ਗੁੰਜਵਾਬ ਦੇਵੇ ਆ ਕਿਆ ਤੇਰੇ ਘਰੋਂ ਖਾਲੀ ਵਾਲ ਵੰਜਣਾ, ਵੈਣ ਕਰਕੇ ਰੋਨਾ ਨੂੰ ਜ਼ਿੰਦਗੀ ਹੋਵੇ, ਉੱਟੇ ਵੇਲੇ ਦੀਦ ਮਾਰੀ ਨਜ਼ਰ ਕੁਝ ਨਹੀਂ ਆਉਂਦਾ, ਦੁਬਾਰਾ ਬਿਸਤਰ 'ਤੇ ਲੇਟੇ, ਦੂਜੀ ਦਫ਼ਾ ਤੇਰੀ ਸੈਣ ਪਿਆਰ ਨਾਲ ਨਹੀਂ, ਜੀਣਕ ਦੇ ਲੈ ਜਜਾ ਦੇ ਮਸ਼ਕੂਰ ਜਾਂ ਮੇਰੇ ਬਾਬੇ ਦਾ ਕਲਮਾ ਛੋੜ, ਜਾਂ ਮੇਰੇ ਸਵਾਲ ਦਾ ਜਵਾਬ ਦੇ। ਹੁਣ ਸਮਝ ਗਈ ਹੈ ਕੋਈ ਉੱਚੀਆਂ ਸ਼ਾਨ ਵਾਲੀ ਸਹਿਣ ਜੇ ਕੋਈ ਮੇਰੀ ਨਿਗਾਹ ਨਹੀਂ ਦੇਖ ਸਕਦੀ, ਆਪਣੇ ਘਰ ਵਾਲੀ ਕੋਈ ਜਗ੍ਹਾ ਹੈ ਪੱਤਾ ਗਾਰਾ ਗਾਉਂ ਨੇ ਗਿੱਲਾ ਦੇਵਣ ਵਾਲੀ, 5 ਮਿੰਟ ਗੁਜ਼ਰੇ ਨੇ ਤੇ ਘਰ ਵਾਲੀ ਦੀਵਾਲ ਖੁੱਲੇ ਹੋਏ, ਸਾਰੀ ਚਮਿਟੀਆਂ ਮੂੰਹ ਤੇ ਮਾਤਮਾਂ ਦੀ ਕਰੇਂਦੀਆਂ ਦੇ ਮਜਗੂਰ ਅੱਜ ਤੁੰਬ ਮੁਸਲਮਾਨ ਨਸਲਵਾਵੇਂ, ਆਦੇ ਬੀਵੀ ਉਹ ਕਿਵੇਂ ਪਈਆ ਦੀਆਂ ਦੇ ਸੱਚ ਪਈਆ ਦੀਆਂ ਜਿਹਦਾ ਕਲਮਾ ਪੜਦੇ, ਨਬੀ ਦੀਦੀ ਦੀਵਾਲ ਖੁੱਲੇ ਹੋਏ ਜਿਹਦਾ ਕਲਮਾ ਪੜਦੇ, ਤੇਰੇ ਵਿਹੜੇ ਦੀ ਖਾਕ ਤੇ ਮਿੱਟੀ ਤੇ ਬਹਿ ਕੇ ਮਾਤਮ ਬੈਠੀ ਕਰਦੀ ਹੈ, ਆਦੀ ਬੈਠੀ ਮੁਸਲਮਾਨੋ ਮੇਰੀ ਔਲਾਦ ਰੁੱਲ ਗਈ ਹੈ, ਕੋਈ ਯਤੀਮ ਸੈਦ ਜ਼ਿੰਦਾਨ 'ਚ ਭੁੱਖੇ ਤੇ ਤਸੇ ਬਲਾਏ, ਨਬੀ ਦੀ ਧੀ ਗਿੱਲਾ ਡੇਵਣੀ ਆਦੇ ਸੈਣ ਕੋਲ ਮਾਫ਼ੀ ਮੰਗ, ਤਵੱਜੋ ਕਰੇ ਮੈਂ ਕੁਲੂ ਖਾਣੇ ਅੰਜੋ ਅੰਜ ਬਣਾ ਦੇ ਲੈਂਪ ਬਾਲ ਦੇ, ਮੈਂ ਯਤੀਮ ਸੈਦ ਮਨਾਵਣ ਵੈਂਦਾ, ਮੂੰਹ ਤੇ ਮਾਤਮ ਕਰਕੇ ਦੀ ਮਸ਼ਕੂਰੀ ਦੀ ਰਾਤ ਸੱਕੇ ਬਿਰਾਏ ਰੱਲੇ ਖਾਸਨ ਤੇਰੇ ਹੱਕ ਹੀ ਦੁਆਈ ਕਰਸਨ, ਮੂੰਹ ਤੇ ਮਾਤਮ ਕਰਕੇ ਆਦੇ ਮੇਰੇ ਜ਼ਖਮ ਨਾ ਦੁੱਖਾ, ਰੱਲੇ ਤਾਂ ਕਿ ਨਵੰਜਾ ਜੋ ਰੱਲੇ ਬੈਠੇ ਹੋਵੇ, ਬੜੀ ਸੋਹਣੀ ਹੈ ਕੀਤੀ ਵੀ ਤੇਰੀ ਮੁਕਾਨ ਤੂੰ ਪਤਾ ਲੱਗਦੇ ਯਕੀਨਨ ਆਈ ਬੈਠੀ ਹੈ ਮੁਕਾਨ ਛੱਲਣ, ਘਰ ਬਣ ਕੇ ਫੈਸਲਾ ਕਰੇ, 6 ਪੁੱਤਰਾਂ ਦੀ ਮਾਂ ਹੈ ਅਬਾਸ ਦੀ ਭੈਣ, ਜਦੋਂ ਮਦੀਨੇ 'ਚ ਟੁਰੀਏ ਨਾ 6 ਪੁੱਤਰ ਨਾਲ ਤੇ ਦੀਨ ਤੇ ਕੁਰਬਾਨ ਕੀਤੇ, ਸਲੂ ਡਾਵੀਂ ਦੇ ਡੀ ਮਾਮੇ ਹੁਸੈਨ ਦੇ ਰੱਲੇ ਕੁਸ ਗਏ, ਲੂ ਸ਼ਾਮੇ ਗਰੀਬਾਂ ਦੀ ਰਾਤ ਜਿਹੜੀ ਮੁਸਲਮਾਨਾਂ ਮੁਕਾਣ ਦਿੱਤੀ ਹੈ, ਇਹੋ ਜਿਹੀ ਮੁਕਾਣੀ ਤੇਰੀ ਤਵੱਜੋ ਨਹੀਂ, ਆਖਰੀ ਜੋੜੀ ਮਾਂ ਦੇ ਹੱਥੋਂ ਛੁੱਟ ਗਈ, ਗੁਲੇਂਦੇ ਗੁਲੇਂਦੇ ਲਾਹੌਰ ਆ ਕੇ ਮਰ ਗਈ ਹੈ ਮਗਰ ਪੁੱਤਰ ਨਹੀਂ ਲੱਭੇ,
ਹਿੱਕੇ ਜੋੜੀ ਜਾਂਦਾ ਮੈਂ ਅਹਿਮਦ ਸਾਹਿਬ ਖੜਾ ਪੜਦਾ ਅੱਜ ਹੈ ਮਸ਼ਕੂਰ ਈਦ ਦੀ ਰਾਤ ਸੱਕੇ ਬਿਰਾਇਨ ਰੱਲੇ ਖਾਸੇ ਤੇਰੇ ਹੱਕ ਹੀ ਦੁਆਈ ਕਰਸੇ ਮੂੰਹ ਤੇ ਮਾਤਮ ਕਰ ਗਿਆ ਤੇ ਮੇਰੇ ਜ਼ਖਮ ਨਾ ਦੁਖਾ ਰੱਲੇ ਤਾਂ ਗਿਨ ਵੰਜਾ ਜੋ ਰੱਲੇ ਬੈਠੇ ਹੋਵੇ ਵੱਡਾ ਲੈ ਦੇ ਬੋਲੋ ਛੋਟਾ ਵੱਡੇ ਦਾ ਨਾਂ ਮੁਹੰਮਦ ਛੋਟੇ ਦਾ ਨਾਂ ਇਬਰਾਹੀਮ ਹੈ ਬਸ ਹੁਣ ਲੱਭ ਛੁੜਨ ਦਾ ਵੀ ਮਕਸਦ ਆ ਵਾ ਵੱਡੇ ਸ਼ਹਿਜ਼ਾਦੇ ਦੀ ਜ਼ਿੰਦਾਨ ਵਾਲੀ ਕੋਠੇ ਦਰ ਖੋਲੇ ਸੀ ਅਦੇ ਅੱਲਾ ਜਾਣੇ ਪਹਿਲੇ ਕਿਵੇਂ ਪੀ ਨਿਭਦੀ ਆਈ ਅੰਧੇਰਾ ਆ ਨਾ ਨਜ਼ਰ ਕੁਝ ਨਹੀਂ ਆਉਂਦਾ ਜਿੱਦਾਂ ਲੈਂਪ ਦੀ ਰੋਸ਼ਨੀ ਥਈ ਹੈ ਮਸ਼ਕੂਰਾ ਦੇ ਮੈਂ ਡਿੱਠਾ ਵੱਡਾ ਬੇਰਾ ਦੀਵਾਰ ਦੇ ਨਾਲ ਇਵੇਂ ਮੱਥਾ ਲਈ ਖੜਾ ਤੇ ਹੌਲੇ ਹੌਲੇ ਹੱਥ ਖੜੇ ਮੇਰੇ ਨਾਲ ਕਿਉਂ ਰੁੱਸ ਪਈ ਹੈ ਮੈਂ ਕੋ ਜਵਾਬ ਦੇ ਮੈਂ ਈਦ ਮੁਬਾਰਕ ਕੇ ਕੋ ਵੰਜ ਦੇਵਾਂ ਬੜੀ ਮਿਹਰਬਾਨੀ ਬਿਸਮਿਲਾ ਖਾਣਾ ਜ਼ਮੀਨ 'ਤੇ ਰੱਖਿਆ ਸੀ ਅਮਾਮਾ ਲਹਾ ਕੇ ਸੱਯਦ ਦੇ ਪੈਰਾਂ 'ਤੇ ਹੱਥ ਬਣ ਕੇ ਆਦੇ ਸ਼ਹਿਜ਼ਾਦਾ ਮੈਂ ਕੋ ਮਾਫ਼ੀ ਦੇ ਕੀ ਆਖਿਆ ਸੀ ਤਾਂ ਕੋਈ ਲਫ਼ਜ਼ ਨਹੀਂ ਆਉਂਦਾ ਮੈਂ ਕੋ ਮਾਫ਼ੀ ਮੌਲਾ ਦੇ ਜ਼ਾਕਰ ਨੂੰ ਕਿਹਨੇ ਕਿ ਆਖਰੀ ਆਜ਼ਾਦਦਾਰ ਤੱਕ ਮਿਹਨਤ ਬਾਬੇ ਦੀ ਲਫ਼ਜ਼ ਬੜਾ ਕੀਮਤੀ ਹੈ ਜਿਹੜਾ ਮਸ਼ਕੂਰ ਆਖਿਆ ਨਾ ਮੈਂ ਕੋ ਮਾਫ਼ੀ ਦੇ ਸੱਯਦ ਯਤੀਮ ਸੱਯਦ ਉੱਤਨ ਤੇ ਦੇ ਕੇ ਆਦੇ ਹੈ ਚਾਚਾ ਤੈ ਕੋ ਕਹੇ ਆਖੇ ਜੋ ਯਤੀਮ ਹੀ ਕਹੇ ਨਾਲ ਨਾਰਾਜ਼ ਥੀਂਦਾ ਅੱਲਾ ਮਾਨ ਵਾਹ ਵਾਹ ਜ਼ਿੰਦਗੀ ਹੋਵੇ ਛੋਟੀ ਔਲਾਦ ਲੱਭਣ ਕੇ ਮਸਾਹਿਬ ਸੁਣੋ ਤੇ ਕੋ ਕਹੇ ਆਖੇ ਜੋ ਯਤੀਮ ਹੀ ਕਹੇ ਨਾਲ ਬੋਲੋ ਯਾਰ ਨਾਰਾਜ਼ ਤਾਂ ਉੱਥੇ ਜੇ ਜਿਹਦਾ ਕੋਈ ਵਤਨ ਹੋਵੇ ਜਿਹਦਾ ਕੋਈ ਵਾਰਿਸ ਹੋਵੇ ਮਸ਼ਕੂਰਾ ਦੇ ਬੇਵਤਨ ਮਨੇਂਦਾ ਮਗਰ ਲਾਵਾਰਿਸ ਬੋਲੋ ਲਾਵਾਰਿਸ ਨਹੀਂ ਮਨੇਂਦਾ ਅਗਰ ਲਾਵਾਰਿਸ ਹੋਆ ਤਾਂ ਰਾਤ ਦੇ ਟਾਈਮ ਮੈਂ ਖਾਣਾ ਚਾਹ ਕੇ ਮੈਂ ਮਾਫ਼ੀ ਮੰਗਣ ਬੜੀ ਮਿਹਰਬਾਨੀ ਇੱਕ ਬੰਦਾ ਬੋਲੇ ਤੇਰੀ ਅਕੀਦੇ ਕੋ ਸਲਾਮ ਮੈਂ ਤਾਂ ਪਹਿਲੇ ਅੱਗੇ ਸਾਰੇ ਬੋਲੇ ਕਰੋ ਮੈਂ ਮਾਫ਼ੀ ਮੰਗਣ ਨਾ ਵਹਾ ਮੈਂ ਇਵੇਂ ਨਹੀਂ ਆਇਆ ਮੈਂ ਕੋ ਤੁਹਾਡੇ ਵਾਰਸ ਹਾਂ ਝਿਣਕਾ ਨਾਲ ਭੇਜੇ ਚਾਚਾ ਕਿਹੜੇ ਵਾਰਿਸ ਮਸ਼ਕੂਰਾ ਦੇ ਤੁਹਾਡੀ ਨਾਨੀ ਬਾਲਾ ਸਮਝੇ ਸਾਡੀ ਨਾਨੀ ਉਮਲ ਬਨੀਨ ਪੇਕੇ ਵਤਨ ਨਹੀਂ ਉਸੀ ਅਤੇ ਚਾਚਾ ਸੱਜ ਵੀ ਯਾਦ ਹੈ ਸਾਡੀ ਨਾਨੀ ਉਮਲ ਬਨੀਨ ਸਿਫਾਰਸ਼ ਕੀਤੀ ਹੈ ਮਸ਼ਕੂਰਾ ਦੇ ਤੁਹਾਡੀ ਨਾਨੀ ਉਮਲ ਬਨੀਨ ਨਹੀਂ ਤੁਹਾਡੀ ਵੱਡੀ ਨਾਨੀ ਪਾਕ ਜ਼ਹਰਾ ਬੜੀ ਮਿਹਰਬਾਨੀ ਤੁਹਾਡੀ ਵੱਡੀ ਨਾਨੀ ਪਾਕ ਜ਼ਹਰਾ ਛੋਟੇ ਛੋਟੇ ਹੱਥ ਬੰਨ ਕੇ ਆਦੇ ਚਾਚਾ ਉਹ ਸਾਡੀ ਨਾਨੀ ਨਹੀਂ ਉਹ ਸਾਡੀ ਨਾਨੀ ਦੀ ਵੀ ਸੈਣ ਹੈ ਅਸਾਂ ਉਹਦੀ ਬਾਨੀ ਦੀ ਔਲਾਦ ਬੜੀ ਮਿਹਰਬਾਨੀ ਉਮਲ ਬਨੀਨ ਤੇ ਇੱਕ ਅਬਾਸ ਕੋ ਸਬਕ ਦਿੱਤਾ ਨਾ ਹੈ ਇਹ ਅਬਾਸ ਦਾ ਸੱਕਾ ਬਣੇ ਜੇ ਉਹ ਸਾਡੀ ਨਾਨੀ ਨਹੀਂ ਉਹ ਸਾਡੀ ਨਾਨੀ ਦੀ ਵੀ ਸੈਣ ਹੈ ਮਸ਼ਕੂਰਾ ਦੇ ਮਾਫ਼ੀ ਦੇ ਖਾਣੇ ਖਾ ਨਾ ਭੁੱਲਾਂ ਨਾ ਥੱਕਾਂ ਮੈਂ ਡੋ ਦੇਖ ਸੈਂ ਤਾਂ ਹਾਏ ਕਰ ਸੈਂ ਮਾਫ਼ੀ ਦੇ ਓ ਬਿਸਮਿਲਾ ਮੇਰੇ ਵਾਜਬ ਇਤਰਾਮ ਮੇਰਾ ਪਿਆਰਾ ਭਾਈ ਮਹਿਮਾਨ ਏ ਮੋਹਤਰਮ ਤਸ਼ਰੀਫ ਗਿਨੈਨ ਮੌਲਾ ਰੰਗ ਲਾਵੇ ਹਬੀਬ ਰਜ਼ਾ ਨਬੀ ਸਾਹਿਬ ਹੁਣ ਲਵ ਯਾਦ ਹੈ ਨਾ ਭੁੱਲ ਗਏ ਹੋ ਮਾਫ਼ੀ ਦੇ ਜੇ ਨਰਾਦ ਨੇ ਮਾਫ਼ੀ ਦੇ ਖਾਣੇ ਖਾ ਸਹੀ ਆਦਾ ਦੇ ਚਾਚਾ ਨਾਰਾਜ਼ ਤਾਂ ਮੈਂ ਪਹਿਲੇ ਨਾ ਮੈਂ ਪਹਿਲੇ ਆਖੇ ਯਤੀਮ ਕਹਿ ਨਾਲ ਨਾਰਾਜ਼ ਨਹੀਂ ਥੀਂਦੇ ਮੈਂ ਨਾਰਾਜ਼ ਹੀ ਨਾ ਮਸ਼ਕੂਰਾ ਦੇ ਨਾਰਾਜ਼ ਨੇ ਤਾਂ ਵੱਧ ਖਾਣਾ ਖਾ ਸਹੀ ਆਦਾ ਦੇ ਚਾਚਾ ਖਾਣਾ ਨਹੀਂ ਖਾਵਣਾ ਮਸ਼ਕੂਰਾ ਦੇ ਵੱਜਾ ਸਹੀ ਆਦਾ ਦੇ ਵੱਜਾ ਪੁੱਛਦਾ ਹੈ ਨਾ ਮਿੰਨਤ ਲਾ ਮੇਰੇ ਇਕੱਠੇ ਮਿੱਟੀ ਤੇ ਬਹਿ ਥੱਕ ਪਏ ਹੋ ਮੇਰੇ ਇਕੱਠੇ ਮਿੱਟੀ ਤੇ ਬਹਿ ਮੇਰੀ ਇੱਕ ਗੱਲ ਸੁਣ ਮਸ਼ਕੂਰ ਇਕੱਠੇ ਮਿੱਟੀ ਤੇ ਬੈਠੇ ਸੈਯਦਾ ਦੇ ਚਾਚੇ ਨਾਲ ਵਾਲੀ ਕੋਠੜੀ 'ਚ ਮੇਰਾ ਛੋਟਾ ਭਰਾ ਕੈਦ ਜਦੋਂ ਮਾਂ ਟੁਰਨ ਲੱਗੀ ਹੈ ਨਾ ਦੁਹਾਂ ਦਾ ਹੱਥ ਨੱਪ ਕੇ
علیحدہ خیمہ چ کھن گئی، میرے گل چ بام پاتی آئس، میرے کو آخ یاد رکھیں لمبے سفر پہ وے ہو، جتنے تھی بابا جیندہ راسی ہے بابے دی ذمہ واری، اللہ نہ کرے کہ تھی بابے تو نکھڑ وجو، یاد رکھیں چھوٹے بھرا پتراں دی جا ہوندے نے، کلا سمجھدا نہیں میں رلے سمجھدی ہاں، میں تو پہلے آ کے شیعہ بن کے نہیں سنی بن کے نہیں، چھوٹی اولاد والا بن کے مصائب سن، پر ددار میری ماما بنے تواڈے سے دا مصائب، ماں کا یاد رکھیں ایک کلا کھانا نہیں کھاندا، میں رلے کھویندی ہاں، مولا دے ذاکر نو گن کے آخری آزاد دار تک عید ای کھڑی ہے، لب زینی چا گیا تو عید الی ڈی روسیں، میں کو ماں آخر تے آخا یاد رکھیں اے چولا نہ پا سکدا ہے، ضروری نہیں کہ ذاکر سخت پڑے قرآن پڑے، لفظ ہوندے روڑ واسطے جنہاں کو سمجھ انہاں بے ساختہ ہے کیتی ہے، ماں کا یاد رکھیں اے چولا نہ پا سکدا ہے نہ لہا سکدا ہے، پارا تھوی چھوٹے برا اونن پتران دی جا، وڈے برا اونن پیو دی جا، جتنے تھی بابا جیندہ راسی ہے بابے دی ذمہ واری، سیدہ دے چاچا تو انصاف کر، بابا پردیس وچ مارا گئے تساں کٹھے نہیں بلایا، سن دے بیٹھے ہو تساں آکھو جا کٹھے نہیں بلایا، جی میں سزا کری ممبر دے بیٹھے ہیں کٹھے نہیں بلایا، انجواں جو کوٹھڑیاں علیحدہ علیحدہ، جد ماں دا حکم یاد آندا میں ہر گھنٹے بعد پوچھدا ہاں کیویں پئی نبدی آئی، سیدہ دے چاچا میں ہک وار سڈیندا ہاں میں کو پانچ پانچ وار جواب دیندا، سیدہ دے چاچا چوتھا گھنٹہ ہکلا مریندا، میں کو جواب نہیں دیندا، جوانی نصیب ہوئی ہاتھ نبان حکم کر، ہاں اگے ایک وار سڈا نا پانچ پانچ وار جواب دیندا، ہاں چوتھا گھنٹہ ہکلا مریندا میں کو جواب نہیں دیندا، سیدہ دے چاچا انصاف کر، عید دی رات سندا بیٹھے ہیں، عید دی رات میرا بھرا زندان وچ بھکھا تے تسا مر ونجے، میں کھانا کیویں کھاواں، سیدہ دے چاچا منت لا کھانے دی بجائے کھانا نہیں کھاندا، سیدہ دے جندا بھرا زندان وچ مر ونجے او بھرا کھانے کدا کھاسی، منت لا جیویں میں کو میرے زندان دی کوٹھ در کھولی نا میں کو بھرا دکھا، سیدہ دے میں وانج دے دان دیکھا یتیم ہکلا مردہ کیویں ہے، کہ نام بندہ دی توجہ نہیں، ہن بچوں کو یار روک دے، یہ وارثاں نے نا کھیت دے ودن چیزیں کھاندے پین، تھوڑی دیر انہاں دا مصائب سن، با میں شارٹ نہ کراں جڑے چار گھنٹے تھمبے دے نال انج کھڑے رہے، بس قید نہ چھٹ گئیاں میں، بس چار گھنٹے تھمبے دے نال مسلم دی جوڑی، اے وارسالن کھیت دے ودن تے لا وارس چار گھنٹے اے ڈٹھا نہیں ویس، ایویں تھمبے دے نال ہاتھ انجن دوجی منزل ہر اس کمینے، چار گھنٹہ دے بعد یتیم سیدان دیاں رسیاں کھولیں، بالکل میں اینڈ تے گھنایا سارا جملہ چھوڑ دیتے، آخری جملہ پیا پڑھدا جی میں، بھائی حکم دیتا میں کم از کم 35-40 منٹ دم وچ میں جملے چھوڑ دیتے، صرف انتظار ختم بھرا کو وقت دیواں، چار گھنٹہ دے بعد ہر اس کمینے رسیاں کھولیں، شیعہ بن کے نہیں سنی بن کے نہیں، میں پہلے آ کے چھوٹی اولاد والا بن کے مصائب سن، سیدہ چار اجا پوڑیاں راندیاں ہیں، ہن اشارہ میں کرنا ہے ماتم تساں کرنا ہے، چھوٹے شہزادے دے سر تو ہاتھ کو جائے، سید فارس تے جڑے حقل مار کیا دے محمد ویر کوئی کپڑے تڑے میری پہشانی پھٹ گئی ہے،
واہ واہ انج ماتم کر. کوئی کپڑے تمے کڈے میری پہچانی بولو. میں رات بند کر دوں بس دریا دے کنارے تے گھنے آدھے. جلدی کرو چولے لہاؤ. کئی ذاکر مولوی پڑھتے پے ہوں جو یہ کمینے آکھے امامے لہاؤ, مگر میرے بابے ہونا پڑھتے ہیں آپ انصاف کرو. جڑا کمینہ ساری رات ظلم کریں دا رہی ہے اور جڑا وال پٹیں دا رہے امامے کتھا رہ گئے ہیں, امامے تا رات دے لہ گئے ہیں. اے ظالم آدھے جلدی کرو چولے لہاؤ. وڈا بھیرا چھوٹے تو دے دے, چھوٹا بھیرا وڈے تو دے دے, وڈے بھیرا چھوٹے تو دے کے گل کیتی ہے وین کراں. چھوٹا شہزادہ دے میں نہیں یادا جے اے آدائی دا او لہا جا چولا را دیکھ نہیں سجنا دا ازما اجڑی کو مل نہ سکتے نہیں ماما مد آگ چلاو. چھوٹا سجا دے ویر ہوں کیا کرا اے جھنکا دیندا اے او میں تو گانڈ نہیں کھل دی میرا ویندا میں گو رب دینا ہے کر چا جڑے چپ کر کے بیٹھو ہے تو تیرے واسی چ بل پڑا نوکر. چھوٹا شہزادہ دے ویرن کیا کرا اے جھلکا دیندا اے او میں تو گانڈ نہیں کھل دی میرا رب دینا تے تو سمجھا اے چولا کیویں آکھو چ اللہ دا. چھوٹے چھوٹے ہاتھ بن کے آ دین ظالما. نمازی خاندان نال تعلق رکھدے آئے فجر دیا نماز تے نہیں پڑھن دتیاں سیادہ دین اجازت دے اسا کدی پڑھ کینو اے ظالما دے نماز کوئی فائدہ دیندی وے بے شک پڑھو. اجازت گھن کے دریا دو ٹرین تلوار گھن کے اگوں والا ہے کین ویندے ہو سیادہ دین ظالما نماز تو پہلے وضو ضروری ہوندے میں تو دیکھیں اے آدھے نہیں وضو دے بہانے تو سب پانی پیندے ہو میں پانی کو ہاتھ نہیں لاوڑے دا پتھر دیا کی تو میں ذمہ وارا پتھرا جو پانی ہے چا جدریا دا گلا رہے دوے پھر مٹی کٹھی بیٹھے کریں دے ادائے حالت دے اداؤں سائیں دے خیمے نہ دیا بہنی آئیان اکل مار گیا دل ماما اکبر دے لاکھ تیونی آلین ماما عید مبارک ہوئی سیادہ دے آؤ میریاں دیا آنکھو دے یمنی چادرہ دے مو آنکھو یمنی دور دے مو آدین ماما ماما دے خالی والان دواز دے ساگو اصلی دور ملا آدین ماما جتری جی را دے جدائیو ٹائم ہو دے آنکھ لگ دیئے دے دیا خون دا دریائے جلاشا تردیاں ودیاں نوکرا واہ واہ زندگی ہوئی سیادہ دے میڈیاں دیاں خیوے لے آئیاں برداشت نہ کرے سو آدین ماما صبر کرے سو
ਹੁਣ ਜਿਹੜੇ ਧੀਆਂ ਵਾਲੇ ਬੈਠੇ ਹੋ, ਲੂਆਂ ਬਣੇ ਜੀਆਂ ਕੋ ਝੋਲੀ ਚ ਬੁਲਾਏ, ਇਵੇਂ ਪਿਆਰ ਬੈਠਾ ਕਰੇ ਜਿਵੇਂ ਯਤੀ ਮਨਾਲ ਕਰੀਂਦੇ, ਤੇਰੇ ਮਾਂ ਮੰਗਲੀ ਦਰਾਦ ਕੀਤੀਆਂ ਬਹਿਣਾ ਡਿੱਠਾ, ਦੂਏ ਬਿਰਾ ਮਿੱਟੀ ਇਕੱਠੀ ਬੈਠੇ ਕਰੇ ਆਦੀਆਂ, ਮਾਮਾ ਕੀ ਖੇਡ ਬਣਾਈ ਬੈਠੇ ਸਿਆ ਜਾਦੇ, ਖੇਡ ਨਹੀਂ ਨਮਾਜ਼ ਦੀ ਤਿਆਰੀ ਏ, ਆਦੀਆਂ ਮਾਮਾ ਤੇਰੀਆਂ ਬਣੇ ਜੀਆਂ ਏ, ਸ਼ਰੀਆ ਤੂੰ ਆਗੇ ਵਏ ਦਰਿਆ ਜੋ ਪੀਆ ਵਹਦਾ ਏ, ਸਿਆ ਜਾਦੇ ਜਿਵੇਂ ਬਿਰਾਵਾਂ ਦਾ ਡਿਠਾਵੇ, ਜ਼ਰਾ ਉੱਤਾ ਤੇ ਦੇਖੋ ਉਹ ਮੁਸਲਿਮ ਦੀਆਂ ਧੀਆਂ ਡਿੱਟੇ, ਮਾਮਾ ਕੌਣ ਜ਼ਾਲਿਮੇ ਜਿਹੜਾ ਤਲਵਾਰ ਖਿੱਦੀ ਖੜਾ ਏ, ਬਿਸਮਿਲਲਾ ਨੌਕਰਾਂ ਆਦੀਨ, ਮਾਮਾ ਕੌਣ ਜ਼ਾਲਿਮ, ਸਿਆ ਜਾਦੇ ਮੇਰੀਆਂ ਧੀਆਂ ਤੁਹਾਡੇ ਬਿਰਾਵਾਂ ਦਾ ਕਾਤਿਲ, ਬੜੀ ਜ਼ਰੂਰਤ ਹੈ ਤੇਰੇ 'ਚ ਉਹਨਾਂ ਬਹਿਣਾਂ ਦਾ ਹੌਸਲਾ ਦੇਖ, ਜਿਹੜਾ ਇਮਾਮ ਆਖੇ ਤੁਹਾਡੇ ਬਿਰਾਵਾਂ ਦਾ ਕਾਤਿਲ, ਕਦਮਾਂ ਦੇ ਆਦਰਾ ਗਿਆ ਦਿਨ ਮਾਮਾ ਮਿਲਣਾ ਦਲਾ ਅੰਗਲੀ ਥਈ ਖੜੀਆਂ ਰਵੇ ਲਸਮਾ ਕੋ ਸੱਡੀਓ, ਸਿਆਦਾ ਲੈ ਮੇਰੀਆਂ ਦੀਆਂ ਜਲਦੀ ਆਵੇ ਮਾਂ ਕੋ ਖਾਏ ਦੇਰ ਨਲ ਕਰੇ ਉਹਨੇ ਬੇੜੀ ਛੁੱਟਣ ਵਾਲੀ ਏ, ਮੁਸਲਿਮ ਦੀਆਂ ਧੀਆਂ ਇਵੇਂ ਆਈਆਂ ਜਿਵੇਂ ਚੀਕ ਤੋਂ ਪਾਣੀ ਆਉਂਦਾ, ਅਕਲ ਮਾਰ ਗਿਆ ਦਿਨ ਬਾਣ ਦਾ ਵੇਲਾ ਨਹੀਂ, ਆ ਬੱਜੜਾ ਦੀ ਛੇਕੜੀ ਜਮਾਤ ਦੇਖ ਬੀਬੀ ਆਦੀਏ ਮੇਰੇ ਬੱਜੜੇ ਵੱਲ, ਅੰਮਾ ਵੱਲ ਨਹੀਂ ਆਏ ਮਾਮਾ ਮੌਜੇ ਨਾਲ ਪਿਆ ਦਿਖੈਂਦਾ ਏ, ਅਕਲ ਮਾਰ ਗਿਆ ਦੇ ਮੇਰੀਆਂ ਦੀਆਂ ਮੇਰੇ ਜਿਗਰ ਤਲੇ ਅੱਗ ਪਈ ਬਲਦੀ ਏ, ਉਹ ਮਾਂ ਜੋ ਆਈ ਨਾ ਮਾਂ ਦੇ ਜਿਗਰ ਕੋ ਪਤਾ ਲੱਗ ਨਹੀਂ ਪੈਂਦਾ, ਪਰਦੇਸ ਵਿੱਚ ਪੁੱਤਰ ਹੋਵੇ ਐਕਸੀਡੈਂਟ ਥੀਵੇ ਮਾਂ ਦੇ ਜਿਗਰ ਕੋ ਪਤਾ ਲੱਗ ਪੈਂਦਾ, ਤੈ ਹੈ ਨਹੀਂ ਕੀਤੀ ਏ ਤਾਂ ਅਲੀ ਦੀ ਧੀ ਏ, ਅਗਲ ਮਾਰ ਗਿਆ ਜੇ ਮੇਰੀਆਂ ਧੀਆਂ ਮੇਰੀ ਕਮਰ ਚ ਦਰਦ, ਉਹ ਮੈਂ ਗੁਜ਼ਾਰਾ ਦਿਓ ਮੈਂ ਉੱਠੀ ਨਾ ਸਕਦੀ, ਹੁਣ ਆਖਰੀ ਵੈਣ ਝੋਲੀ ਵਧਾ ਧੀਆਂ ਸਾਰਾ ਦਿੱਤਾ ਹੈ, ਅੱਬਾ ਦੀ ਭੈਣ ਇਵੇਂ ਆਈ ਹੈ ਜਿਵੇਂ ਜਿਗਦੋ ਪਾਣੀ ਆਉਂਦਾ, ਕਦਮਾਂ ਦੇ ਆਦਰਾ ਗਿਆ ਦੀ ਅਕਬਰ ਦੇ ਲੱਖ ਥੀਵਨੀ, ਜਿਵੇਂ ਇੰਨਾ ਕੁ ਬਿਰਾ ਮਿਲਾ ਨੀ ਮਿਲਣਾ ਦਲਾ ਮੈਂ ਕੋ ਬੱਚੜੇ ਮਿਲਾ, ਸਿਆ ਜਾਦੇ ਭੈਣ ਔਖੇ ਵੇਲੇ ਆਈ ਹੈ ਜਿਗਰ ਤੇ ਹੱਥ ਰੱਖ, ਤੇਰੀ ਸੈਣ ਜਿਗਰ ਤੇ ਹੱਥ ਰੱਖਾ ਹੈ, ਤੇਰੇ ਮਾਂ ਮੰਗਲੀ ਦਰਾਦ ਕੀਤੀਆਂ ਲਾਹੌਰ ਵਾਲੀ ਸੈਣ ਡਿੱਠੇ ਵੱਡਾ ਕੁੱਠਾ ਪੀਆ ਹੈ, ਛੋਟਾ ਬਿਰਾ ਵੱਡੇ ਦਾ ਖੂਨ ਮੂੰਹ ਤੇ ਬੈਠਾ ਲੈਂਦਾ ਹੈ, ਤੇ ਆਦਾ ਬੈਠਾ ਨਿਤ ਮਾਣ ਕਰੇਂਦੀ, ਓ ਹਾਵੇ ਅੰਮਾ ਸਾਡੇ ਸਾਹਮਣੇ ਪੇਕੇ ਕਰਦਾ ਤੂੰ ਦਇਆ ਦੀ ਹਾਵੇ, ਸਦਾ ਸਲਾਮਤ ਰਹੀਂ ਸਦਾ ਸੁਖੀ ਰਹੀਂ, ਵਾਰਸਾ ਨੇ ਖੁਲਦਾ ਆਪਕੋ ਮਜ਼ੀਦ ਇਸਤੀਆਂ ਦਾ ਫਰਮਾਏ, ਇੱਥੇ ਜ਼ਾਕਿਰ ਅਲੀ ਬਾ ਮੱਦਾਹੀ ਆਲ ਮੁਹੰਮਦ ਜਨਾਬ ਬਾਬਾ ਸੈਯਦ ਅਸਬਾਰ ਸਾਬਿਰ ਕੱਛੀ ਕੀ ਸਲਤਨਤ ਕਾ ਬੜਾ ਕਮਾਲ ਨਾਮ, ਉਹ ਆਪਸੇ ਖਿਤਾਬ ਫਰਮਾ ਰਹੇ ਥੇ, ਮਾਲਿਕ ਮਜ਼ੀਦ ਸਿਹਤੂ ਸਲਾਮਤੀ ਅਤਾ ਫਰਮਾਏ, ਇਤਮਨਾਨ ਸੀ ਤਸ਼ੀਫ ਰੱਖੇ, ਕਸੈਦ ਕੀ ਦੁਨੀਆਂ ਕਾ ਬੜਾ ਮੁਹਤਰਮ ਤਰੀਨ ਨਾਮ, ਬੜੇ ਅਰਸੇ ਕੇ ਬਾਅਦ ਇਨਕੀ ਜ਼ਿਆਰਤ ਹੋ ਰਹੀ ਹੈ, ਵੈਸੇ ਤੋ ਮੀਡੀਆ ਕਾ ਦੌਰੇ ਦੌਰਾ ਹੈ, ਜ਼ਿਆਰਤੇ ਤੋ ਹੋਤੀ ਹੀ ਰਹਿਤੀ ਹੈ, ਮਾਲਿਕ ਇਸਤੀ ਅਦਾ ਫਰਮਾਏ, ਬਿਲ ਮੁਸ਼ਾਫਾ ਕਾਫੀ ਅਰਸੇ ਬਾਅਦ ਜ਼ਿਆਰਤ ਹੋਈ ਹੈ, ਬਿਰਾਦਰ ਮੁਅੱਜ਼ਮ ਜਨਾਬ ਹਬੀਬ ਰਜ਼ਾ ਹੈਦਰੀ ਸਾਹਿਬ ਬਨੀ ਕਿਤਾਰਨ ਵਾਲੇ ਯਹੀ ਹੈ, ਜਿਨਕੀ ਆਪ ਜ਼ਿਆਰਤ ਕਰ ਰਹੇ ਹੈ, ਮਾਲਿਕ ਇਸਤੀ ਅਦਾ ਫਰਮਾਏ, ਕਾਬਲ ਇਸਕੇ ਕਿ ਵੋ ਆਪ ਸੇ ਖਿਤਾਬ ਫਰਮਾਏ, ਯੇ ਇੱਕ ਐਲਾਨ ਹੈ, ਛੇ ਔਰ ਸਾਤ ਕੱਲ ਔਰ ਪਰਸੋਂ ਸਫਦਰ ਲਾਜ ਮੇਂ ਮਜਲਿਸ ਅਜ਼ਾ ਕਾ ਸਿਲਸਿਲਾ ਹੋਗਾ,
حسبِ سابق کی طرح ملک نام اور الماء ذاکرین خطاب فرمائیں گے. مجلس سے آزاد ٹھیک 12 بجے شروع ہو جائے گی. آپ تمام امین سے بھرپور شرکت کی صدا ہے. برادر معظم کئی بار تمغے جناب ابو طالب علیہ السلام لے چکے ہیں. اسی حوالے سے میرا دل ہے کہ خوبصورت 17-12 عالموں پہ آ رہی ہیں. محمد کا شرف تھا کہ اسے عمران مل گیا. محمد کا شرف تھا کہ اسے عمران مل گیا. محمد کا شرف تھا کہ اسے عمران مل گیا. مبلغ اعظم مولانا محمد اسماعیل سے لے کر چھوٹے سے چھوٹے وکیل تک ہر بندہ یہ دلیل دیتا رہا ہے کہ سرکار ابو طالب نکاح خان ہے جناب محمد کے. تو پھر کیسے انہوں نے کلمہ نہیں پڑھا؟ تو میں جو لفظ آخر جو کہنا چاہ رہا ہوں آپ کے ذہنوں کی سماعتوں کی نظر, محمد کا شرف تھا کہ اسے عمران مل گیا. محمد کا شرف تھا کہ اسے عمران مل گیا. خضر بھائی مولا آپ کے